ਟਰੰਪ ਨੇ ਨਾਟੋ ਦੇਸ਼ਾਂ ਨੂੰ ਫੌਜ ਉੱਤੇ ਦੁੱਗਣਾ ਖਰਚ ਕਰਨ ਲਈ ਕਿਹਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਸਹਿਯੋਗੀ ਦੇਸ਼ਾਂ ਦੇ ਸੰਗਠਨ ਨਾਟੋ ਨੂੰ ਫੌਜ ਉੱਤੇ GDP ਦੀ 2-4% ਰਕਮ ਖਰਚਣ ਲਈ ਕਿਹਾ ਹੈ। ਇਹ ਇੱਕ ਅਜਿਹਾ ਟੀਚਾ ਹੈ ਜਿਸ ਨੂੰ ਅਮਰੀਕਾ ਵੀ ਅਜੇ ਪੂਰਾ ਨਹੀਂ ਕਰ ਰਿਹਾ। ਟਰੰਪ ਨੇ ਕਿਹਾ ਕਿ ਨਾਟੋ ਦੇਸ਼ 2025 ਤੱਕ ਇਸ ਟੀਚੇ ਨੂੰ ਪੂਰਾ ਕਰਨ। ਡੋਨਲਡ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਇਹ ਨਾਟੋ ਲਈ ਕੀ ਠੀਕ ਹੈ ਜਦੋਂ ਜਰਮਨੀ ਰੂਸ ਨੂੰ $1 ਬਿਲੀਅਨ ਗੈਸ ਤੇ ਊਰਜਾ ਲਈ ਦਿੰਦਾ ਹੈ। ਉਨ੍ਹਾਂ ਕਿਹਾ ਹੈ ਕਿ ਨਾਟੋ ਵਿੱਚੋਂ 29 ਵਿੱਚੋਂ ਸਿਰਫ 5 ਦੇਸ਼ ਆਪਣੀ ਵਚਨਬੱਧਤਾ ਨਿਭਾ ਰਹੇ ਹਨ, ਜਦਕਿ ਅਮਰੀਕਾ ਵਪਾਰ ਵਿੱਚ $1 ਬਿਲੀਅਨ ਦਾ ਘਾਟਾ ਖਾਣ ਦੇ ਬਾਵਜੂਦ ਯੂਰਪ ਨੂੰ ਸੁਰੱਖਿਆ ਮੁਹੱਈਆ ਕਰਵਾ ਰਿਹਾ ਹੈ। ਇਸ ਲਈ ਨਾਟੋ ਦੇਸ਼ ਫੌਜ ਉੱਤੇ ਆਪਣੀ GDP ਦਾ 2-4% ਖਰਚ ਕਰਨ, ਉਹ ਵੀ 2025 ਤੋਂ ਪਹਿਲਾਂ।